ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠਾਂ ਅੱਜ 26 ਜਨਵਰੀ ਨੂੰ ਮੰਗ ਪੱਤਰ ਦੇਣ ਦਾ ਇਰਾਦਾ ਸੀਗਾ। ਜਥੇਬੰਦੀ ਮੀਟਿੰਗ ਨੂੰ ਆਇਆ ਸੀ ਸਾਨੂੰ ਹੁਕਮ, ਅਸੀਂ ਪੀਸਫੁਲੀ ਯਾਨੀ ਕਿ ਆਪਦਾ ਪ੍ਰੋਟੈਸਟ ਕਰਨ ਲਈ ਕਿਹਾ ਸੀਗਾ ਵੀ 2 ਲਾਈਨਾਂ ਦੇ ਵਿੱਚ ਅਸੀਂ ਆਪਦਾ ਪ੍ਰੋਟੈਸਟ ਕਰਾਂਗੇ, ਰੋਸ ਮਾਰਚ ਕਰਾਂਗੇ ਅਤੇ ਮੰਗ ਪੱਤਰ ਦੇਵਾਂਗੇ, ਜਿੱਥੋਂ ਕਿ ਇਹਨਾਂ ਨੇ ਸਾਨੂੰ ਘੋਰਾ ਨਾ ਕਰਤਾ ਸੀ। ਜੇ ਤਾਂ ਪ੍ਰੋਟੈਸਟ ਕਰਨਾ ਤਾਂ ਅਸੀਂ ਮੰਗ ਪੱਤਰ ਨਹੀਂ ਲਵਾਂਗੇ, ਜ਼ਿਆਦਾ ਕਿ ਸਾਡਾ ਰਾਈਟ ਬਣਦਾ, ਹੱਕ ਬਣਦਾ ਪ੍ਰੋਟੈਸਟ ਕਰਨਾ, ਆਪਦਾ ਪੀਸਫੁਲੀ ਕਰ ਰਹੇ ਹਾਂ। ਨਾ ਅਸੀਂ ਟ੍ਰੈਫਿਕ ਦਾ ਵੀ ਕੱਲ੍ਹ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਕਹਿਤਾ ਸੀਗਾ ਵੀ ਨਾ ਕਿਸੇ ਟ੍ਰੈਫਿਕ ਨੂੰ ਵਿਘਨ ਦੇਵਾਂਗੇ, ਨਾ ਪਬਲਿਕ ਨੂੰ ਪਰੇਸ਼ਾਨ ਕਰਾਂਗੇ, 2 ਲਾਈਨਾਂ ਦੇ ਵਿੱਚ ਕਰਾਂਗੇ, ਪਰ ਫਿਰ ਵੀ ਸਾਨੂੰ ਅੱਜ ਉਹ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਨਹੀਂ ਕਰਨ ਦਿੱਤਾ ਗਿਆ, ਨਾ ਸਾਡਾ ਮੰਗ ਪੱਤਰ ਦਿੱਤਾ ਜਾ ਰਿਹਾ। ਸਾਨੂੰ ਧੱਕੇ ਸਹੀ ਨਾਲ ਬਿਜਲੀ ਘਰ ਦੇ ਵਿੱਚ ਹੀ ਉੱਥੋਂ ਘੇਰਿਆ ਗਿਆ, ਉੱਥੇ ਕੰਧਾਂ ਟੱਪ ਕੇ ਸੀ ਆਇਆ, ਇੱਥੋਂ ਤੀਕਰ ਪਹੁੰਚੇ, ਇੱਥੇ ਆ ਕੇ ਆਵੇ ਖਰੜਾ ਥਾਣੇ ਦੇ ਕੋਲ ਫਿਰ ਸਾਨੂੰ ਘੇਰ ਲਿਆ ਗਿਆ, ਸਾਡਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। 19 ਵਾਰ ਸਾਡੀਆਂ ਮੀਟਿੰਗਾਂ ਲੈ ਕੇ ਫਿਰ ਉਹਨਾਂ ਦਾ ਆਹੂ ਵਾਲਾ ਰਵੱਈਆ ਵੇਖੋ, ਜਿਹੜਾ ਮੰਤਰੀ ਕਹਿ ਰਿਹਾ ਕਿ ਜੇ ਇਹਨਾਂ ਨੇ ਪ੍ਰੋਟੈਸਟ ਹੀ ਕਰਨਾ ਤਾਂ ਅਸੀਂ ਮੰਗ ਪੱਤਰ ਕਹਿਣਾ ਲਈਏ, ਇਹ ਗੱਲਾਂ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਠੇਕਾ ਸੰਘਰਸ਼ ਮੋਰਚੇ ਵੱਲੋਂ ਵੱਖ ਵੱਖ ਜਥੇਬੰਦੀਆਂ ਦਾ ਲੀਕਿਆ ਗਿਆ ਪ੍ਰੋਗਰਾਮ ਆ ਜੀ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਵੱਖ ਵੱਖ ਭਾਗਾਂ ਦੇ ਵਿੱਚ ਕੱਚੇ ਆਊਟਸੋਰਸ ਅਤੇ ਲੈਟਮੈਂਟ ਹੋਰ ਕਈ ਕੈਟਾਗਰੀਆਂ ਦੇ ਥਰੂ ਕੰਮ ਕਰਦੇ ਮੁਲਾਜ਼ਮ ਆ ਜੀ। ਜਿਵੇਂ ਸਰਕਾਰਾਂ ਪਿਛਲੀਆਂ ਲੰਘੀਆਂ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ, ਲਾਰੇ ਲਾ ਕੇ ਜਿਹੜੀਆਂ ਸੱਤਾ ਦੇ ਵਿੱਚ ਬੈਠਦੀਆਂ, ਉਸੇ ਤਰ੍ਹਾਂ ਇਹ ਸੀ ਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਲਾਰੇ ਲਾ ਕੇ ਸਰਕਾਰ ਆਈ ਆ, ਅਤੇ 2.5 ਸਾਲ ਬੀਤਣ ਦੇ ਬਾਵਜੂਦ 19 ਵਾਰੀ ਮੀਟਿੰਗਾਂ ਦਿੱਤੀਆਂ ਇਹਨਾਂ ਨੇ, ਪਰ 1 ਵਾਰ ਵੀ ਜਿਹੜੀ ਸੀ ਐਮ ਭਗਵੰਤ ਮਾਨ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਸਾਡੇ ਮੰਗਾਂ ਮਸਲਿਆਂ ਦਾ ਹੱਲ ਕੀਤਾ। ਅੱਜ ਸਾਡਾ ਪ੍ਰੋਟੈਸਟ ਸੀ ਰੋਸ ਮਾਰਚ ਕਰਨ ਦਾ, ਇੱਥੇ ਸਾਨੂੰ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਘੇਰ ਕੇ ਇੱਥੇ ਸਾਡਾ ਇੱਥੇ ਰੋਕਿਆ ਗਿਆ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੇ ਜਿੰਨੇ ਵੀ ਕੱਚੇ ਮੁਲਾਜ਼ਮ ਆ ਜਿੰਨੀਆਂ ਵੀ ਕੈਟਾਗਰੀਆਂ ਥਰੂ ਉਹਨਾਂ ਨੂੰ ਮਹਿਕਮਿਆਂ ਦੇ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ, ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਹੋਰ ਵੀ ਪਿੱਟ ਸਿਆਪਾ ਕਰਾਂਗੇ। ਇਹਨਾਂ ਦੇ ਜਿਵੇਂ ਵੀ ਮੰਤਰੀ ਸੰਤਰੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਗੇ, ਅਸੀਂ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਵਿਰੋਧ ਕਰਾਂਗੇ, ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾਊਗਾ। ਪੰਜਾਬ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਘਟੀਆ ਪ੍ਰਸ਼ਾਸਨ ਮੁਰਦਾਬਾਦ, ਘਟੀਆ ਪ੍ਰਸ਼ਾਸਨ ਮੁਰਦਾਬਾਦ। ਤੁਸੀਂ ਰੋਕ ਨਹੀਂ ਸਕਦੇ ਜੀ ਸਾਨੂੰ, ਸਾਨੂੰ ਰੋਸ ਮਾਰਚ ਨੂੰ ਰੋਕ ਨਹੀਂ ਸਕਦੇ ਤੁਸੀਂ। ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠਾਂ ਅੱਜ 26 ਜਨਵਰੀ ਨੂੰ ਮੰਗ ਪੱਤਰ ਦੇਣ ਦਾ ਇਰਾਦਾ ਸੀਗਾ। ਜਥੇਬੰਦੀ ਮੀਟਿੰਗ ਨੂੰ ਆਇਆ ਸੀ ਸਾਨੂੰ ਹੁਕਮ, ਅਸੀਂ ਪੀਸਫੁਲੀ ਯਾਨੀ ਕਿ ਆਪਦਾ ਪ੍ਰੋਟੈਸਟ ਕਰਨ ਲਈ ਕਿਹਾ ਸੀਗਾ ਵੀ 2 ਲਾਈਨਾਂ ਦੇ ਵਿੱਚ ਅਸੀਂ ਆਪਦਾ ਪ੍ਰੋਟੈਸਟ ਕਰਾਂਗੇ, ਰੋਸ ਮਾਰਚ ਕਰਾਂਗੇ ਅਤੇ ਮੰਗ ਪੱਤਰ ਦੇਵਾਂਗੇ, ਜਿੱਥੋਂ ਕਿ ਇਹਨਾਂ ਨੇ ਸਾਨੂੰ ਘੋਰਾ ਨਾ ਕਰਤਾ ਸੀ। ਜੇ ਤਾਂ ਪ੍ਰੋਟੈਸਟ ਕਰਨਾ ਤਾਂ ਅਸੀਂ ਮੰਗ ਪੱਤਰ ਨਹੀਂ ਲਵਾਂਗੇ, ਜ਼ਿਆਦਾ ਕਿ ਸਾਡਾ ਰਾਈਟ ਬਣਦਾ, ਹੱਕ ਬਣਦਾ ਪ੍ਰੋਟੈਸਟ ਕਰਨਾ, ਆਪਦਾ ਪੀਸਫੁਲੀ ਕਰ ਰਹੇ ਹਾਂ। ਨਾ ਅਸੀਂ ਟ੍ਰੈਫਿਕ ਦਾ ਵੀ ਕੱਲ੍ਹ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਕਹਿਤਾ ਸੀਗਾ ਵੀ ਨਾ ਕਿਸੇ ਟ੍ਰੈਫਿਕ ਨੂੰ ਵਿਘਨ ਦੇਵਾਂਗੇ, ਨਾ ਪਬਲਿਕ ਨੂੰ ਪਰੇਸ਼ਾਨ ਕਰਾਂਗੇ, 2 ਲਾਈਨਾਂ ਦੇ ਵਿੱਚ ਕਰਾਂਗੇ, ਪਰ ਫਿਰ ਵੀ ਸਾਨੂੰ ਅੱਜ ਉਹ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਨਹੀਂ ਕਰਨ ਦਿੱਤਾ ਗਿਆ, ਨਾ ਸਾਡਾ ਮੰਗ ਪੱਤਰ ਦਿੱਤਾ ਜਾ ਰਿਹਾ। ਸਾਨੂੰ ਧੱਕੇ ਸਹੀ ਨਾਲ ਬਿਜਲੀ ਘਰ ਦੇ ਵਿੱਚ ਹੀ ਉੱਥੋਂ ਘੇਰਿਆ ਗਿਆ, ਉੱਥੇ ਕੰਧਾਂ ਟੱਪ ਕੇ ਸੀ ਆਇਆ, ਇੱਥੋਂ ਤੀਕਰ ਪਹੁੰਚੇ, ਇੱਥੇ ਆ ਕੇ ਆਵੇ ਖਰੜਾ ਥਾਣੇ ਦੇ ਕੋਲ ਫਿਰ ਸਾਨੂੰ ਘੇਰ ਲਿਆ ਗਿਆ, ਕੋਈ ਹੱਲ ਨਹੀਂ ਕੀਤਾ ਜਾ ਰਿਹਾ। 19 ਵਾਰ ਸਾਡੀਆਂ ਮੀਟਿੰਗਾਂ ਲੈ ਕੇ ਫਿਰ ਉਹਨਾਂ ਦਾ ਆਹੂ ਵਾਲਾ ਰਵੱਈਆ ਵੇਖੋ, ਜਿਹੜਾ ਮੰਤਰੀ ਕਹਿ ਰਿਹਾ ਕਿ
ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਠੇਕਾ ਸੰਘਰਸ਼ ਮੋਰਚੇ ਵੱਲੋਂ ਵੱਖ ਵੱਖ ਜਥੇਬੰਦੀਆਂ ਦਾ ਲੀਕਿਆ ਗਿਆ ਪ੍ਰੋਗਰਾਮ ਹੈ ਜੀ, ਕਿਉਂਕਿ ਅਸੀਂ ਲੰਮੇ ਸਮੇਂ ਤੋਂ ਵੱਖ ਵੱਖ ਭਾਗਾਂ ਦੇ ਵਿੱਚ ਕੱਚੇ ਆਊਟਸੋਰਸ ਅਤੇ ਲੈਟਮੈਂਟ ਹੋਰ ਕਈ ਕੈਟਾਗਰੀਆਂ ਦੇ ਥਰੂ ਕੰਮ ਕਰਦੇ ਮੁਲਾਜ਼ਮਾਂ ਜੀ। ਜਿਵੇਂ ਸਰਕਾਰਾਂ ਪਿਛਲੀਆਂ ਲੰਘੀ, ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ, ਲਾਰੇ ਲਾ ਕੇ ਜਿਹੜੀਆਂ ਸੱਤਾ ਦੇ ਵਿੱਚ ਬੈਠਦੀਆਂ। ਉਸੇ ਤਰ੍ਹਾਂ ਇਹ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਲਾਰੇ ਲਾ ਕੇ ਸਰਕਾਰ ਆਈ ਆ, ਅਤੇ ਪੌਣੇ ਦੋ ਸਾਲ ਬੀਤਣ ਦੇ ਬਾਵਜੂਦ 19 ਵਾਰੀ ਮੀਟਿੰਗਾਂ ਦਿੱਤੀਆਂ ਇਹਨਾਂ ਨੇ, ਪਰ ਇੱਕ ਵਾਰ ਵੀ ਜਿਹੜੀ ਸੀਐਮ ਭਗਵੰਤ ਮਾਨ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਸਾਡੇ ਮੰਗਾਂ ਮਸਲਿਆਂ ਦਾ ਹੱਲ ਕੀਤਾ। ਅੱਜ ਸਾਡਾ ਪ੍ਰੋਟੈਸਟ ਸੀ ਰੋਸ ਮਾਰਚ ਕਰਨ ਦਾ, ਇੱਥੇ ਸਾਨੂੰ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਘੇਰ ਕੇ ਇੱਥੇ ਸਾਡਾ ਇੱਥੇ ਰੋਕਿਆ ਗਿਆ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੇ ਜਿੰਨੇ ਵੀ ਕੱਚੇ ਮੁਲਾਜ਼ਮਾਂ ਜਿੰਨੀਆਂ ਵੀ ਕੈਟਾਗਰੀਆਂ ਥਰੂ ਉਹਨਾਂ ਨੂੰ ਮਹਿਕਮਿਆਂ ਦੇ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ, ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਹੋਰ ਵੀ ਪਿੱਟ ਸਿਆਪਾ ਕਰਾਂਗੇ। ਇਹਨਾਂ ਦੇ ਜਿਵੇਂ ਵੀ ਮੰਤਰੀ ਸ਼ੰਤਰੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਗੇ, ਅਸੀਂ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਵਿਰੋਧ ਕਰਾਂਗੇ, ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾਊਗਾ। ਸਾਨੂੰ ਰੋਸ ਮਾਰਚ ਨੂੰ ਰੋਕ ਨਹੀਂ ਸਕਦੇ ਤੁਸੀਂ।